ਸਤਿ ਸ਼੍ਰੀ ਅਕਾਲ ਜੀ, ਤੁਸੀਂ ਫੇਮਸ ਪੰਜਾਬ ਟੀਵੀ ਦੇਖ ਰਹੇ ਹੋ ਤੇ ਮੈਂ ਹਾਂ ਤੁਹਾਡਾ ਹੋਸਟ ਅਤੇ ਦੋਸਤ ਸੋਹਿਲ ਖਾਨ। ਤੇ ਦੋਸਤੋ, ਲੋਕਡਾਊਨ ਤੁਹਾਡਾ ਪੀਰੀਅਡ ਕਿੱਦਾਂ ਦਾ ਚੱਲ ਰਿਹਾ ਜੀ? ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤੇ ਤੁਹਾਨੂੰ ਅੱਜ ਇੰਟਰਟੇਨਮੈਂਟ ਕਰਨ ਲਈ ਅਸੀਂ ਕਾਲ ਕਰਾਂਗੇ ਗੁਰੀ ਸਿੰਘ ਹਰਜੀਤ, ਜੋ ਕਿ ਇੱਕ ਟਿਕਟੋਕਰ ਨੇ ਤੇ ਬਹੁਤ ਜ਼ਿਆਦਾ ਵਧੀਆ ਟਿਕਟੋਕ ਬਣਾਉਂਦੇ ਨੇ ਤੇ ਟਿਕਟੋਕ ਦੇ ਉੱਤੇ ਫੇਮਸ ਵੀ ਨੇ। ਵੈਸੇ ਉਹਨਾਂ ਦਾ ਨਾਮ ਗੁਰੀ ਸਿੰਘ ਹੈਗਾ ਜੀ, ਤੇ ਆਪਣੀ ਵਾਈਫ ਨਾਲ ਜਿਨ੍ਹਾਂ ਨਾਲ ਉਹ ਟਿਕਟੋਕ ਬਣਾਉਂਦੇ ਨੇ ਉਹਨਾਂ ਦਾ ਨਾਮ ਹਰਜੀਤ ਹੈ, ਤਾਂ ਕਰਕੇ ਉਹਨਾਂ ਨੇ ਗੁਰੀ ਸਿੰਘ ਹਰਜੀਤ ਨਾਮ ਕਰਕੇ ਆਈਡੀ ਬਣਾਈ ਹੋਈ ਹੈ। ਤੇ ਤੁਸੀਂ ਸਾਰੇ ਬਾਖੂਬੀ ਜਾਣਦੇ ਹੋ ਤੇ ਅੱਜ ਸਾਡੇ ਨਾਲ ਉਹ ਗੱਲਬਾਤ ਕਰਨਗੇ ਤੇ ਤੁਹਾਨੂੰ ਇੰਟਰਟੇਨ ਕਰਨਗੇ। ਤੇ ਸਮੇਂ ਨੂੰ ਖਰਾਬ ਨਾ ਕਰਦੇ ਹੋਏ ਅਸੀਂ ਸਵਾਗਤ ਕਰਦੇ ਹਾਂ ਗੁਰੀ ਭਾਜੀ ਦਾ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਫੇਮਸ ਪੰਜਾਬ ਟੀਵੀ ਦੇ ਵਿੱਚ। ਥੈਂਕ ਯੂ ਵੀਰੇ, ਥੈਂਕ ਯੂ ਸੋ ਮਚ। ਥੈਂਕ ਯੂ ਜੀ। ਤੇ ਭਾਜੀ, ਟਿਕਟੋਕ ਜਦੋਂ ਅਸੀਂ ਤੁਹਾਡੀ ਖੋਲਦੇ ਹਾਂ ਉੱਤੇ ਲਿਖਿਆ ਹੋਇਆ ਆ ਕਿ ਅਜੇ ਤੱਕ ਫਿਲਮ ਨਾ ਆਈ ਬੱਲੀਏ ਤਾਂ ਵੀ ਤੇਰੇ ਯਾਰ ਦੀ ਚੜ੍ਹਾਈ ਬੱਲੀਏ, ਤੇ ਪਿੱਛੇ ਮੈਂ ਅਜੇ ਹਫ਼ਤੇ ਪਹਿਲਾਂ ਇੱਕ ਦੇਖੀ ਸੀਗੀ ਵੀਡੀਓ ਤੇ ਉੱਥੇ ਤੁਸੀਂ ਹਰਦੀਪ ਸੰਘਾ ਨਾਲ ਕਨਵਰਸੇਸ਼ਨ ਕਰ ਰਹੇ ਸੀਗੇ ਕੁਛ, ਤੇ ਨੀਚੇ ਲਿਖਿਆ ਹੋਇਆ ਸੀਗਾ ਕਿ ਫਿਲਮਾਂ ਵੱਲ ਜਿਹੜੀ ਕਿ ਹੁਣ ਕਦਮ ਜਾ ਰਹੇ ਨੇ, ਪੁੱਟੇ ਜਾ ਰਹੇ ਨੇ, ਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਉਹਦੇ ਬਾਰੇ ਥੋੜੀ ਜਿਹੀ ਅਪਡੇਟ ਦੇ ਦਿਓ। ਹਾਂਜੀ ਹਾਂਜੀ, ਉਹ ਜਿਹੜੀ ਤੁਸੀਂ ਲਾਈਨ ਪੜ੍ਹੀ ਆ, ਜਿਹੜਾ ਸ਼ੇਰ ਪੜ੍ਹਿਆ ਤੁਸੀਂ, ਉਹਨੂੰ ਮੈਂ ਚੇਂਜ ਕਰ ਦਿੱਤਾ। ਉਹਨੂੰ ਹੁਣ ਇਹ ਕੀਤਾ ਕਿ ਭਾਵੇਂ ਅਜੇ ਤੱਕ ਫਿਲਮ ਨਾ ਆਈ ਬੱਲੀਏ, ਪਰ ਕਿੰਨੀਆਂ ਫਿਲਮਾਂ ਦੀ ਸਾਈ ਬੱਲੀਏ ਜੀ, ਵਾਹ। ਮਤਲਬ ਹਾਂਜੀ, ਉਹਨੂੰ ਰਾਤ ਦਾ ਅਪਡੇਟ ਕੀਤਾ ਹੋਇਆ। ਤੇ ਜਿਹੜੀ ਗੱਲ ਆ ਭਾਜੀ ਹੁਣਾਂ ਦੇ ਨਾਲ, ਹਰਬੀਰ ਸੰਘਾ ਭਾਜੀ ਦੇ ਨਾਲ, ਉਹ ਮੇਰੇ ਉਸਤਾਦ ਜੀ ਨੇ, ਉਸਤਾਦ ਮੰਨੀਦਾ ਜੀ ਅਸੀਂ ਉਹਨਾਂ ਨੂੰ। ਤੇ ਬੜੀ ਦਿੱਲੀ ਇੱਛਾ ਸੀ ਕਿ ਉਹਨਾਂ ਦੇ ਨਾਲ ਗੱਲ ਹੋਵੇ, ਉਹਨਾਂ ਦੇ ਨਾਲ ਮਿਲਿਆ ਜਾਵੇ। ਤੇ ਕੁਦਰਤੀ ਤੌਰ ਤੇ ਉਹਨਾਂ ਦੇ ਕਿਸੇ ਰਿਲੇਟਿਵ ਨੇ ਫੋਨ ਕਰਵਾਇਆ ਭਾਜੀ ਨੂੰ, ਮੇਰੇ ਨਾਲ ਗੱਲ ਕਰਵਾਈ ਉਹਨਾਂ ਦੀ, ਤੇ ਬੜੀ ਖੁਸ਼ੀ ਹੋਈ। ਆਪਾਂ ਇਹ ਤਾਂ ਨਹੀਂ ਕਹਿ ਸਕਦੇ। ਹਾਂਜੀ ਹਾਂਜੀ ਹਾਂਜੀ, ਜਿਵੇਂ ਤੁਸੀਂ ਖੁਦ ਕਿਹਾ ਕਿ ਸਾਈਆਂ ਆ ਚੁੱਕੀਆਂ ਨੇ ਫਿਲਮਾਂ ਦੀਆਂ, ਫਿਲਮਾਂ ਦੀ ਥੋੜੀ ਜਿਹੀ ਖੁੱਲ ਕੇ ਦੱਸੋ ਵੀ ਸਟਾਫ ਕੌਣ ਕੌਣ ਨਾਲ ਹੋਵੇਗਾ। ਹਾਂਜੀ ਹਾਂਜੀ ਹਾਂਜੀ, ਇਵੇਂ ਆ ਕਿ ਦਿੱਲੀ ਤੋਂ ਡਾਇਰੈਕਟਰ ਨੇ ਭੁਪਿੰਦਰ ਸਿੰਘ ਜੀ, ਤੇ ਉਹ ਟੈਲੀ ਮੂਵੀਜ਼ ਕਰਦੇ ਨੇ। ਤੇ ਉਹਨਾਂ ਦੀ ਲਾਸਟ ਮੂਵੀ ਸੀ ਮੂਲ ਮੰਤਰ, ਜਿਹਦੇ ਵਿੱਚ ਹਾਬੀ ਧਾਲੀਵਾਲ ਸਰ ਤੇ ਮਲਕੀਤ ਰੋਣੀ ਜੀ ਨੇ ਐਕਟ ਕੀਤਾ ਹੈ। ਤੇ ਉਹਨਾਂ ਵੱਲੋਂ ਮੈਨੂੰ ਮਤਲਬ ਅਪਰੋਚ ਕੀਤੀ ਗਈ ਹੈ ਨੈਕਸਟ ਮੂਵੀ ਦੇ ਵਿੱਚ, ਜੋ ਇਹਨਾਂ ਦੀ ਮੂਵੀ ਲੋਕਡਾਊਨ ਤੋਂ ਬਾਅਦ ਸ਼ੂਟ ਹੋਵੇਗੀ। ਅੱਛਾ ਭਾਜੀ, ਲੋਕਡਾਊਨ ਦੀ ਤੁਸੀਂ ਗੱਲ ਕੀਤੀ ਹੈ, ਜਦੋਂ ਭਾਜੀ ਲੋਕਡਾਊਨ ਦੀ ਅਨਾਊਂਸਮੈਂਟ ਹੋਈ ਨਾ ਕਿ ਹੁਣ 14 ਦਿਨ ਲਈ ਬੰਦ ਹੋਵੇਗਾ, ਅਸੀਂ ਸਾਰੇ ਟੈਨਸ਼ਨ 'ਚ ਆ ਗਏ ਕਿ ਯਾਰ ਕੰਮਾਂ ਕਾਰਾਂ ਦਾ ਕੀ ਹੋਵੇਗਾ ਬਹੁਤ ਸਾਰੇ। ਭਾਜੀ ਹੁਣ ਤੁਸੀਂ, ਮੈਨੂੰ ਪਤਾ ਵੀ ਕੁਛ ਹੋਰ ਵੀ ਕੰਮ ਕਰਦੇ ਹੋ, ਪਰ ਤੁਹਾਨੂੰ ਕੀ ਲੱਗਿਆ ਉਸ ਟਾਈਮ ਯਾਰ ਲੋਕਡਾਊਨ ਲੱਗ ਗਿਆ, ਪਰ ਬੇਸ਼ਕ ਲੱਗ ਗਿਆ ਪਰ ਟਿਕਟੋਕ ਬਣਾਉਣ ਲਈ ਟਾਈਮ ਮਿਲ ਗਿਆ ਖੁੱਲਾ, ਤਾਂ ਉਸ ਟਾਈਮ ਕੀ ਸਿਚੁਏਸ਼ਨ ਸੀ ਤੁਹਾਡੇ ਮਨ ਦੇ ਵਿੱਚ ਜਦੋਂ ਲੋਕਡਾਊਨ? ਦੇਖੋ ਇਵੇਂ ਆ ਕਿ ਜਦੋਂ ਗੌਰਮੈਂਟ ਨੇ ਲੋਕਡਾਊਨ ਦਾ ਫੈਸਲਾ ਲਿਆ, ਜੋ ਫਸਟ ਉਹਨਾਂ ਦਾ ਡਿਸੀਜਨ ਸੀ, 21 ਦਿਨ ਦਾ ਲੋਕਡਾਊਨ ਕੀਤਾ ਗਿਆ, ਬਹੁਤ ਹੀ ਵਧੀਆ ਡਿਸੀਜਨ ਸੀ, ਕਿਉਂਕਿ ਸੋਸ਼ਲ ਡਿਸਟੈਂਸ ਨੂੰ ਮੈਂਟੇਨ ਕਰਨ ਦਾ ਸਭ ਤੋਂ ਵੱਡਾ ਤਰੀਕਾ ਜੀ ਇਹੋ ਹੀ ਹੁੰਦਾ ਹੈ ਕਿ ਬੰਦੇ ਨੂੰ ਘਰ 'ਚ ਬਿਠਾ ਦਿੱਤਾ ਜਾਵੇ। ਠੀਕ ਆ ਜੀ, ਤੇ ਸਾਡੇ ਲੋਕ ਆਪਣੇ ਦੇਸ਼ ਦੇ ਕਹਿ ਲਓ, ਪੰਜਾਬ ਦੇ ਤਾਂ ਕੀ ਕਹਿਣੇ ਆ, ਦੇਸ਼ ਦੇ ਕਹਿ ਲਓ, ਸਾਡੇ ਲੋਕ ਵਾਇਰਸ ਤੋਂ ਇੰਨਾ ਨਹੀਂ ਡਰਦੇ ਉਸ ਟਾਈਮ ਜਿੰਨਾ ਪੁਲਿਸ ਤੋਂ ਡਰਦੇ। ਪੁਲਿਸ ਤੋਂ ਡਰਦੇ, ਪੁਲਿਸ ਦਾ ਡਰ ਹੀ ਭਾਵੇਂ ਕਿਵੇਂ ਹੀ, ਪਰ ਘਰਾਂ 'ਚ ਬੈਠੇ ਰਹੇ ਹਾਂ। ਤੇ ਇੰਨੀ ਜ਼ਿਆਦਾ ਸਾਡੇ ਦੇਸ਼ ਦੇ ਵਿੱਚ ਮਹਾਂਮਾਰੀ ਨਹੀਂ ਫੈਲੀ, ਬਟ ਫਿਰ ਵੀ ਕੰਡੀਸ਼ਨ ਖਰਾਬ ਹੀ ਆ ਜੇ ਪ੍ਰੈਜੈਂਟ ਟਾਈਮ ਦੇਖਿਆ ਜਾਵੇ ਨਾ। ਤੇ ਜੇ ਆਪਣੀ ਗੱਲ ਕਰੀਏ ਕਿ ਚਲੋ ਹੁਣ ਟਾਈਮ ਮਿਲ ਗਿਆ, ਫ੍ਰੀ ਟਾਈਮ ਹੈ, ਇਹ ਇਵੇਂ ਹੈ ਕਿ ਲੋਕਡਾਊਨ ਤੋਂ ਪਹਿਲਾਂ ਇੱਕ ਪੋਸਟ ਕਰੀ ਦੀ ਸੀ ਆਪਣੀ, ਇੱਕ ਵੀਡੀਓ ਅਪਲੋਡ ਕਰੀ ਦੀ ਸੀ ਸੋਸ਼ਲ ਐਪ ਦੇ ਉੱਤੇ, ਟਿਕਟੋਕ ਦੇ ਉੱਤੇ। ਤੇ ਹੁਣ ਤੇ ਤਕਰੀਬਨ 24 ਘੰਟੇ ਲਾ ਲਓ ਵਿਹਲੇ ਹਾਂ, ਹਨਾ। ਜਿੱਦਾਂ ਉਹ ਐ ਫੀਲ ਹੁੰਦਾ ਹੈ ਕਿ ਜਿੱਦਾਂ ਮੇਰੇ ਦਾਦਾ ਜੀ, ਪੜਦਾਦਾ ਜੀ ਮੇਰੇ ਵਾਸਤੇ ਨਾ ਰਿਆਸਤ ਛੱਡ ਗਿਆ, ਵੀ ਐਸ਼ ਕਰ ਤੂੰ ਕੋਈ ਗੱਲ ਨੀ ਨਜ਼ਾਰੇ ਲੁੱਟ ਜੀ। ਤੇ ਤੁਸੀਂ ਹੁਣ ਗੱਲ ਕੀਤੀ ਪੁਲਿਸ ਦੀ, ਗੱਲ ਕੀਤੀ ਤੁਸੀਂ ਵੀ ਆਪਣੇ ਲੋਕ ਪੁਲਿਸ ਤੋਂ ਡਰਦੇ ਸੀਗੇ, ਜਿੰਨੇ ਵੀ ਸਾਨੂੰ ਦਰਸ਼ਕ ਵੇਖ ਰਹੇ ਨੇ, ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਆ ਕਿ ਕੱਲ ਭਾਜੀ ਨਾਲ ਮੇਰੀ ਕਾਲ ਹੋਈ, ਕਾਲ ਦੇ ਉੱਤੇ ਗੱਲ ਹੋਈ ਸੀਗੀ। ਮੈਂ ਭਾਜੀ ਨੂੰ ਕਿਹਾ ਕਿ ਮਾਜੀ ਮੇਰਾ ਜੀ ਤਾਂ ਇਹ ਕਰਦਾ ਸੀਗਾ ਕਿ ਤੁਹਾਡੇ ਕੋਲ ਆਈਏ, ਬਹਿ ਕੇ ਚਾਹ ਪੀਏ, ਫਿਰ ਤੁਹਾਡੇ ਨਾਲ ਇੰਟਰਵਿਊ ਕਰੀਏ, ਤੇ ਭਾਜੀ ਦਾ ਜਵਾਬ ਕੀ ਸੀ? ਮੈਂ ਚਾਹੁੰਦਾ ਹਾਂ ਭਾਜੀ ਤੁਸੀਂ ਖੁਦ ਦੱਸੋ ਕੀ ਜਵਾਬ ਸੀ ਤੁਹਾਡਾ। ਨਹੀਂ, ਮੈਂ ਤੁਹਾਨੂੰ ਇਹ ਕਿਹਾ ਸੀ ਵੀ ਕੋਈ ਗੱਲ ਨੀ,
ਚਾਹ ਪਾਣੀ ਪੀਣਾ ਤੁਸੀਂ ਜੀ ਸਕਦੇ ਹੋ, ਪੀ ਸਕਦੇ ਹੋ, ਪਰ ਨਾ ਤੇ ਜੀ ਮੁਰਗਾ ਬਣਦੇ ਤੁਸੀਂ ਚੰਗੇ ਲੱਗਦੇ ਹੋ ਤੇ ਨਾ ਮੈਂ ਚੰਗਾ ਸਹੀ ਲੱਗਦਾ ਚੌਂਕ ਦੇ ਵਿੱਚ। ਹੈ ਜੀ ਜੀ। ਤੇ ਭਾਜੀ ਦੇਖੋ ਇੱਕ ਚੀਜ਼ ਜਿਹੜੀ, ਦੇਖੋ ਤੁਸੀਂ ਨਾ ਬਹੁਤ ਗੁੱਡ ਐਕਟਰ ਹੋ, ਮੈਂ ਸ਼ਾਇਦ ਮਿਹਰਬਾਨੀ। ਤੁਸੀਂ ਸ਼ਾਇਦ ਨਹੀਂ ਧਿਆਨ ਦਿੱਤਾ ਹੋਵੇਗਾ ਟਿਕਟੋਕ ਦੇ ਉੱਤੇ, ਮੈਂ ਤੁਹਾਨੂੰ ਮੈਸੇਜ ਵੀ ਕੀਤਾ ਸੀਗਾ ਕਿ ਤੁਸੀਂ ਬਹੁਤ ਜ਼ਿਆਦਾ ਕ੍ਰੀਏਟਿਵ ਹੋ। ਜੀ ਜਿਵੇਂ ਮੈਂ ਹੁਣ ਐਗਜ਼ਾਮਪਲ ਦੇ ਦਿੰਦਾ ਇੱਕ, ਤੁਹਾਨੂੰ ਸ਼ਾਇਦ ਯਾਦ ਹੋਵੇ। ਰੋਟੀ ਪਾ ਦੇ ਮੇਰੇ ਕੋਲ ਨਹੀਂ ਪੈਂਦੀ ਰੋਟੀ, ਜਦੋਂ ਵੇਖੋ ਰੋਟੀ ਰੋਟੀ। ਤੇ ਨਾ ਪਾ ਕਿਤੇ, ਮੈਂ ਤਰਲੇ ਨਹੀਂ ਮਾਰਨੇ ਹੈਗੇ ਤੇਰੇ ਅੱਗੇ, ਜਦੋਂ ਵੇਖੋ ਇਹਦੇ ਅੱਗੇ ਤਰਲੇ ਮਾਰ ਦੇ, ਮੈਂ ਨਹੀਂ ਤਰਲੇ ਤਰਲੇ ਮਾਰਦਾ ਤੇਰੇ ਅੱਗੇ, ਉਹ ਮਾਲਕ ਦੇਣ ਵਾਲਾ ਰੋਟੀ। ਤਾਂ ਤੁਸੀਂ ਸੀਰੀਅਸਲੀ ਬਹੁਤ ਜ਼ਿਆਦਾ ਕ੍ਰੀਏਟਿਵ ਹੋ, ਤੇ ਇਹ ਕ੍ਰੀਏਟਿਵਿਟੀ ਆਈ ਕਿੱਥੋਂ ਭਾਜੀ? ਮੇਰਾ ਨਾ ਵੀਰੇ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਸੁਭਾਅ ਨਾ ਫਨੀ ਰਿਹਾ ਆ, ਮੈਨੂੰ ਜੀ ਬੜਾ ਜ਼ਿਆਦਾ ਸ਼ੌਂਕ ਆ ਲੋਕਾਂ ਨੂੰ ਹਸਾਉਣ ਦਾ। ਜੀ ਜਦੋਂ ਮੈਂ 7-8 ਸਾਲ ਦਾ ਸੀ, ਮੇਰੇ ਖਿਆਲ ਚ ਕਿ ਗੁਰਪ੍ਰੀਤ ਘੁੱਗੀ ਸਰ ਨੇ ਆਪਣੀ ਜਰਨੀ ਦੀ ਉਦੋਂ ਸਟਾਰਟਿੰਗ ਕੀਤੀ ਸੀ, ਜੀ ਹਾਲਾਂਕਿ ਉਹਨਾਂ ਐਜ਼ ਅ ਕਮੇਡੀਅਨ ਨਹੀਂ ਸ਼ੁਰੂ ਕੀਤਾ, ਉਹਨਾਂ ਨੇ ਐਜ਼ ਅ ਐਕਟਰ ਸ਼ੁਰੂ ਕੀਤਾ ਸੀ। ਉਹ ਇਮੋਸ਼ਨਲ ਮੂਵੀ ਉਹਨਾਂ ਦੀ ਸਭ ਤੋਂ ਪਹਿਲਾਂ ਆਈ, ਜਿਹਦੇ ਵਿੱਚ ਉਹ ਇੱਕ ਐਥਲੀਟ ਹੁੰਦੇ ਨੇ, ਜੀ ਤੇ ਉਹਨਾਂ ਨੂੰ ਵੇਖ ਵੇਖ ਕੇ ਹੌਲੀ ਹੌਲੀ ਸਿੱਖਣਾ ਸ਼ੁਰੂ ਕੀਤਾ। ਮਤਲਬ ਬੜਾ ਮਜ਼ਾ ਆਉਂਦਾ ਸੀ ਜਦੋਂ ਵੀ ਕਿਤੇ ਕੋਈ ਜੋਕ ਪੜ੍ਹਨਾ ਅਖਬਾਰ ਦੇ ਉੱਤੋਂ, ਜਾਂ ਇਹਨਾਂ ਦੀਆਂ ਮੂਵੀਜ਼ ਦੇਖਣੀਆਂ ਜੋ ਲੈਜੈਂਡ ਐਕਟਰ ਨੇ। ਹੌਲੀ ਹੌਲੀ ਹਾਰਬੀ ਸੰਘੇ ਭਾਜੀ ਵੱਲ ਇੰਨਾ ਜ਼ਿਆਦਾ ਕਰੇਜ਼ ਵੱਧ ਗਿਆ ਕਿ ਮੈਨੂੰ ਐਵੇਂ ਲੱਗਾ ਕਿ ਮੈਂ ਬਣਾਂਗਾ ਤੇ ਇਹਨਾਂ ਵਰਗਾ ਬਣਾਂਗਾ, ਜਿਵੇਂ ਉਹ ਜੀ ਆਪਣਾ ਉਹਨਾਂ ਦੀ ਬੋਡੀ ਲੈਂਗੁਏਜ ਆ, ਉਹ ਗੱਲ ਭਾਵੇਂ ਜਿੱਦਾਂ ਦੀ ਮਰਜ਼ੀ ਕਰਨ ਪਰ ਉਹ ਆਪਣੀ ਬੋਡੀ ਲੈਂਗੁਏਜ ਤੋਂ ਹੀ ਸਮਝਾ ਦਿੰਦੇ ਆ ਬੰਦੇ ਨੂੰ ਕਿ ਮੈਂ ਹਸਾਉਣਾ ਚਾਹੁੰਦਾ ਤੁਹਾਨੂੰ। ਤੇ ਇਹ ਹਾਰਵੀ ਸੰਘਾ ਦਾ ਭਾਜੀ ਨਾਮ 2-3 ਵਾਰੀ ਆ ਚੁੱਕਿਆ ਸਾਡੇ ਇੰਟਰਵਿਊ ਦੇ ਵਿੱਚ। ਮੇਰਾ ਸਵਾਲ ਹੀ ਇਹ ਸੀਗਾ ਕਿ ਤੁਹਾਡਾ ਫੇਵਰਟ ਐਕਟਰ ਕੀ ਹੈ, ਤੇ ਮੈਨੂੰ ਪਤਾ ਲੱਗ ਗਿਆ ਕਿ ਹਾਰਵੀ ਸੰਘਾ ਤੁਹਾਡਾ ਫੇਵਰਟ ਐਕਟਰ ਹੈ। ਸਹੀ ਕਿਹਾ ਜੀ ਭਾਜੀ? ਜੀ 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 ਦਿਲੋਂ ਜਾਨ ਨਾਲ ਪਿਆਰ ਕਰਦੇ ਹਾਂ ਜੀ ਭਾਜੀ ਨੂੰ, ਬਹੁਤ ਜ਼ਿਆਦਾ ਪਿਆਰ ਜੀ। ਕਰਦੇ। ਅੱਛਾ ਭਾਜੀ, ਇੱਕ ਅਗਲੀ ਜਿਹੜੀ ਗੱਲ ਹੈ ਨਾ, ਉਹ ਬਹੁਤ ਜ਼ਿਆਦਾ ਮਤਲਬ ਸਾਨੂੰ ਸਾਰਿਆਂ ਨੂੰ ਸਿੱਖਣੀ ਚਾਹੀਦੀ ਹੈ ਤੁਹਾਡੇ ਤੋਂ, ਕਿ ਤੁਸੀਂ ਬਿਲਕੁਲ ਵੀ ਇਹ ਨਹੀਂ ਦੇਖਦੇ ਯਾਰ ਕਿ ਮਤਲਬ ਭਾਬੀ ਜੀ ਨਾਲ ਤੁਸੀਂ ਵੀਡੀਓ ਬਣਾਉਂਦੇ ਹੋ ਨਾ, ਨਹੀਂ ਤਾਂ ਪਿੰਡਾਂ ਦੇ ਲੋਕਾਂ ਦੀ, ਸਾਡੇ ਖਾਸ ਕਰ ਪੰਜਾਬੀਆਂ ਦੀ ਜਿਹੜੀ ਸੋਚ ਹੈ ਉਹ ਬਹੁਤ ਜ਼ਿਆਦਾ ਪਿੱਛੇ ਹੈ, ਪਰ ਹਾਂਜੀ ਤੁਸੀਂ ਮੈਨੂੰ ਲੱਗਦਾ ਕਿ ਇਹ ਤੁਹਾਨੂੰ ਗੱਲ, ਮੈਂ ਇਕੱਲਾ ਨਹੀਂ ਕਹਿ ਰਿਹਾ, ਬਹੁਤ ਜਣੇ ਹੋਰ ਵੀ ਕਹਿੰਦੇ ਹੋਣੇ ਤੁਹਾਨੂੰ ਇਹ ਗੱਲ ਜੀ। ਮੈਂ ਵੀਰੇ, ਮੈਂ ਨਾ ਇਹੋ ਜਿਹੀਆਂ ਜੋ ਬਕਵਾਸ ਗੱਲਾਂ ਆ ਨਾ ਕਿ ਜੀ ਔਰਤ ਨੂੰ ਅੱਗੇ ਨਹੀਂ ਵਧਣ ਦੇਣਾ, ਜਾਂ ਮਤਲਬ ਮਰਦ ਪ੍ਰਧਾਨ ਹੋਣਾ ਚਾਹੀਦਾ, ਜਾਂ ਇਦਾਂ ਦੀਆਂ ਕੁਛ, ਮੈਂ ਇਹਨਾਂ ਗੱਲਾਂ ਤੇ ਬਲੀਵ ਨਹੀਂ ਕਰਦਾ। ਜੀ ਮੈਂ ਭਾਜੀ ਇਹ ਆਪਣੀ ਤਾਂ ਮੈਰਿਜ ਦੇ ਟਾਈਮ ਹੀ ਮੈਂ ਆਪਣੀ ਮੈਰਿਜ ਦੇ ਟਾਈਮ ਹੀ ਇਹ ਗੱਲ ਸੋਚੀ ਸੀ ਕਿ ਜਿੰਨੀ ਰਿਸਪੈਕਟ ਮੇਰੀ ਆ ਘਰ ਦੇ ਵਿੱਚ, ਉਨੀ ਹੀ ਮੇਰੀ ਵਾਈਫ ਦੀ ਹੋਣੀ ਚਾਹੀਦੀ ਹੈ। ਹਾਲਾਂਕਿ ਚਲੋ ਘਰ ਦੇ ਨਹੀਂ ਰਿਸਪੈਕਟ ਕਰਦੇ ਮੇਰੀ, ਉਹ ਵੱਖਰੀ ਗੱਲ ਹੈ, ਪਰ ਜੀ ਬਹੁਤ ਸੋਹਣੀ ਸੋਚ ਹੈ ਭਾਜੀ, ਮੈਨੂੰ ਲੱਗਦਾ ਕਿ ਸੀਰੀਅਸਲੀ ਇਹ ਤੁਹਾਡੇ ਤੋਂ ਸਿੱਖਣਾ ਚਾਹੀਦਾ ਹੈ ਜੀ ਸਾਰਿਆਂ ਨੂੰ। ਨਹੀਂ ਨਹੀਂ ਵੀਰੇ, ਬਹੁਤ ਸਿਆਣੇ ਲੋਕ ਬੈਠੇ ਆ, ਮੇਰੇ ਤੋਂ ਕੀ ਕਿਸੇ ਨੇ ਸਿੱਖਣਾ ਹੈ, ਜੀ ਬਹੁਤ ਚਲੋ ਸਿਆਣੇ। ਇੱਕ ਇਹ ਤਾਂ ਸੀਰੀਅਸ ਗੱਲ ਹੋ ਗਈ, ਹੁਣ ਆਪਾਂ ਥੋੜੀ ਜੀ ਹਾਸੇ ਠੱਠੇ ਵਾਲੀ ਗੱਲ ਕਰ ਲੈਂਦੇ ਆ, ਕਿ ਵੀਡੀਓ ਦੇ ਵਿੱਚ ਅਸੀਂ ਜ਼ਿਆਦਾਤਰ ਇਹ ਵੇਖਿਆ ਆ ਕਿ ਦਾਲ ਵਾਂਗੂ ਹੈ ਨਾ ਥੱਲੇ, ਮਤਲਬ ਹੈ ਨਾ ਉਹ ਕੰਮ, ਅਸਲ ਚ ਇਹੀ ਏਦਾਂ ਹੀ ਹੁੰਦਾ ਕਿ ਨਹੀਂ ਹੁੰਦਾ ਏਦਾਂ ਅਸਲ ਚ? ਨਹੀਂ ਵੀਰੇ ਦੇਖੋ, ਇਵੇਂ ਆ ਕਿ ਜਦੋਂ ਬੰਦਾ ਅਨਮੈਰਿਡ ਹੁੰਦਾ ਆ, ਮੈਨੂੰ ਜੀ ਵੈਸੇ ਪਤਾ ਨਹੀਂ ਹੈ ਕਿ ਤੁਸੀਂ ਮੈਰਿਡ ਹੋ ਕਿ ਅਨਮੈਰਿਡ ਹੋ। ਮੈਂ ਅਨਮੈਰਿਡ ਹਾਂ ਭਾਈ। ਓਕੇ, ਜਦੋਂ ਬੰਦਾ ਅਨਮੈਰਿਡ ਹੁੰਦਾ ਨਾ, ਤੇ ਉਦੋਂ ਨਾ ਉਹ ਇਹ ਗੱਲ ਸੋਚਦਾ ਆ ਵਿਆਹੇ ਬੰਦੇ ਵੱਲ ਦੇਖ ਕੇ ਕਿ ਬੰਦਾ ਕਿੰਨਾ ਖੁਸ਼ ਆ, ਮੇਰੀ ਹਾਂਜੀ ਵੀ ਕੋਈ ਹਮਸਫ਼ਰ ਹੋਣੀ ਚਾਹੀਦੀ ਹੈ, ਕੋਈ ਲਾਈਫ ਪਾਰਟਨਰ ਹੋਣੀ ਚਾਹੀਦੀ ਹੈ ਜਿਹਦੇ ਨਾਲ ਮੈਂ ਟਾਈਮ ਸਪੈਂਡ ਕਰ ਸਕਾਂ, ਹੈ ਨਾ। ਜੀ ਜੀ ਪਰ ਜਦੋਂ ਮੈਰਿਜ ਹੋ ਜਾਂਦੀ ਆ ਤੇ ਬੰਦਾ ਸੋਚਦਾ ਵੀ ਕੱਲੇ ਹੀ ਚੰਗੇ ਬਹੁਤ ਸੀਗੇ। ਬਹੁਤ ਵੱਡੀ ਗਲਤੀ ਕੀਤੀ ਆ, ਮੈਂ ਇਹ ਕੰਮ ਕਰਕੇ ਨਹੀਂ ਕਰਨਾ ਚਾਹੀਦਾ ਮੈਨੂੰ ਇਹਦਾ। ਜੀ ਮਤਲਬ ਭਾਬੀ ਜੀ ਜੇ ਹੈ ਨਹੀਂ ਇਹ ਨਾ, ਜਿਹੜੇ। ਇਹ ਜਿਹੜੀਆਂ ਸਾਰੀਆਂ ਗੱਲਾਂ ਆ ਕਿ ਹਾਂਜੀ ਬੰਦਾ ਮੈਰਿਜ ਤੋਂ ਬਾਅਦ ਇਦਾਂ ਰਿਐਕਟ ਕਰਦਾ ਆ ਕਿ ਮੈਂ ਕੁਆਰਾ ਹੀ ਚੰਗਾ ਹਾਂ ਜਾਂ ਕੁਛ ਵੀ ਆ, ਹਾਂਜੀ ਹਾਲਾਂਕਿ ਇਹ ਸਾਰੀਆਂ ਗੱਲਾਂ ਦਾ ਕੋਈ ਮਤਲਬ ਨਹੀਂ ਹੁੰਦਾ ਜ਼ਿੰਦਗੀ ਦੇ ਵਿੱਚ, ਲਾਈਫ ਹਾਂਜੀ ਪਾਰਟਨਰ ਤੋਂ ਬਗੈਰ ਬੰਦਾ ਲਾਈਫ ਨਹੀਂ ਕੱਢ ਸਕਦਾ, ਬਟ ਜੀ ਫਿਰ ਵੀ ਇਹ ਗੱਲਾਂ ਹਸਾਉਣ ਵਾਸਤੇ ਜ਼ਰੂਰੀ ਆ। ਜੀ ਇਹ ਤੁਸੀਂ ਬਹੁਤ ਜ਼ਿਆਦਾ ਵਧੀਆ ਕੀਤਾ ਕਿ ਤੁਸੀਂ ਨਾਲ ਨਾਲ ਗੱਲ ਕਹਿ ਕੇ ਨਾਲ ਨਾਲ ਕਵਰ ਕਰ ਲਈ, ਤੁਹਾਨੂੰ ਪਤਾ ਕਿ ਭਾਬੀ ਜੀ ਨੇ ਇੰਟਰਵਿਊ ਦੇਖਣਾ ਇਹ ਜੀ ਜੀ। ਹੋਰ ਭਾਜੀ ਲੋਕਡਾਊਨ ਦੇ ਵਿੱਚ ਸਮਾਂ ਕਿਵੇਂ ਦਾ ਬਤੀਤ ਹੋ ਰਿਹਾ ਆ ਉਹ ਥੋੜਾ ਜਿਹਾ ਦੱਸੋ, ਕਿ ਹੋਰ ਕਿੰਨਾ ਕੁ ਦਿਮਾਗ ਦੇ ਵਿੱਚ ਥੋੜਾ ਮਤਲਬ ਵਧੀਆ, ਟਿਕਟੋਕ ਤੋਂ ਤੁਸੀਂ ਬਣਾਉਂਦੇ ਹੋ, ਫੇਮਸ ਵੀ ਬਹੁਤ ਜ਼ਿਆਦਾ ਹੈਗੇ ਹੋ, ਲੋਕਡਾਊਨ ਦੇ ਵਿੱਚ ਹੋਰ ਕਿੰਨੀ ਕੁ ਸੁਧਾਰ ਆਇਆ ਆਪਣੇ ਟਿਕਟੋਕ ਦੇ ਵਿੱਚ?
ਵੀਰੇ ਐਵੇਂ ਆ ਕਿ ਜਦੋਂ ਇੱਕ ਦਿਨ ਦਾ ਐਲਾਨ ਹੋਇਆ ਸੀ ਨਾ ਜਨਤਾ ਕਰਫਿਊ ਦਾ, ਉਸ ਟਾਈਮ ਮੈਂ ਡਿਊਟੀ ਸੀ, ਡਿਊਟੀ ਤੇ ਹਾਂ, ਮੈਂ ਗਵਰਨਮੈਂਟ ਜੋਬ ਕਰਦਾ ਸਿਵਲ ਡਿਫੈਂਸ ਦੇ ਵਿੱਚ, ਜੀ ਤੇ ਉਸ ਤੋਂ ਬਾਅਦ ਸ਼ਾਮਾਂ ਨੂੰ ਮੈਂ ਘਰੇ ਆ ਗਿਆ ਲੋਕਡਾਊਨ ਜਿੱਦਣ ਇੱਕ ਦਿਨ ਦਾ ਜਨਤਾ ਕਰਫਿਊ ਹੋਇਆ, ਤੇ ਫਿਰ ਕੰਟੀਨਿਊ ਐਲਾਨ ਹੁੰਦੇ ਗਏ ਜੀ ਸਾਡੇ ਪ੍ਰਾਈਮ ਮਿਨਿਸਟਰ ਵੱਲੋਂ। ਤੇ ਉਸ ਟਾਈਮ ਤੇ ਮੈਨੂੰ ਇਹ ਲੱਗਾ ਇਸ ਲੋਕਡਾਊਨ ਦੇ ਵਿੱਚ ਕਿ ਜੋ ਆਪਾਂ ਕਰਦੇ ਸੀ ਜੀ ਉਹਨੂੰ ਇਸ ਟਾਈਮ ਦੇ ਵਿੱਚ ਆਪਾਂ ਹੋਰ ਵਧੀਆ ਕਰ ਸਕਦੇ ਹਾਂ। ਹਾਲਾਂਕਿ ਦੋ ਤਿੰਨ ਲੋਕਾਂ ਦਾ ਫੋਨ ਇਹ ਆਇਆ ਕਿ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਹੈ ਆਪਣੇ ਦੇਸ਼ ਦੀ, ਤੇ ਤੁਹਾਨੂੰ ਮਤਲਬ ਕਿ ਇਵੇਂ ਦਾ ਮਜ਼ਾਕ ਨਹੀਂ ਬਣਾਉਣਾ ਚਾਹੀਦਾ ਲੋਕਾਂ ਦਾ, ਤੇ ਜੀ ਮਤਲਬ ਤੁਸੀਂ ਥੋੜ੍ਹਾ ਜਿਹਾ ਅਵੇਅਰ ਕਰੋ। ਪਰ ਮੈਨੂੰ ਐਂ ਲੱਗਦਾ ਸੀ ਕਿ ਜੇ ਮੇਰੀਆਂ ਵੀਡੀਓਜ਼ 3 ਮਿਲੀਅਨ 4 ਮਿਲੀਅਨ ਇਵੇਂ ਜਾਂਦੀਆਂ ਹੈ ਨਾ, ਲੋਕ ਇਵੇਂ ਦੇਖਦੇ ਆ, ਜੀ ਮੈਂ ਸੋਚਿਆ ਕਿ ਜੇ ਮੈਂ ਵੀ ਲੋਕਾਂ ਨੂੰ ਥੋੜ੍ਹਾ ਜਿਹਾ ਅਵੇਅਰ ਕਰਨ ਤੇ ਆ ਗਿਆ। ਅਵੇਅਰ ਕਰਨ ਦਾ ਮਤਲਬ ਹੁੰਦਾ ਕਿ ਲੋਕਾਂ ਦੇ ਮਨ ਦੇ ਵਿੱਚ ਹੋਰ ਡਰ ਭਰਨਾ, ਤੁਹਾਨੂੰ ਕਿਤੇ ਜੀ ਛਿੱਕ ਨਾ ਆ ਜਾਏ, ਤੁਹਾਨੂੰ ਖੰਘ ਨਾ ਹੋਵੇ, ਤੁਹਾਨੂੰ ਫਲਾਣਾ ਨਾ ਹੋਵੇ। ਨਹੀਂ, ਕੁਝ ਮੈਂ ਲੋਕ ਇਹ ਵੀ ਕਹਿੰਦੇ ਵੀ ਤੂੰ ਵੱਡਾ ਸਿਆਣਾ ਆ, ਤੂੰ ਸਾਨੂੰ ਸਮਝਾਈ ਜਾਂਦਾ ਹੈ ਨਾ, ਐਦਾਂ ਵੀ ਕਹਿ ਦਿੰਦੇ ਜੀ ਕਈ। ਇੱਦਾਂ ਵੀ ਕਹਿ ਦਿੰਦੇ ਆ, ਬਿਲਕੁਲ ਸਹੀ ਗੱਲ ਆ। ਤੇ ਪਰ ਜੀ ਮੈਂ ਸੋਚਿਆ ਕਿ ਜੋ ਮੈਂ ਕਰਦਾ ਆ, ਜੋ ਮੈਂ ਜਿੱਦਾਂ ਦੀ ਮੈਂ ਕਾਮੇਡੀ ਕਰਦਾ ਆ, ਉਹਨੂੰ ਹੋਰ ਵਧੀਆ ਤਰੀਕੇ ਨਾਲ ਜਾਂ ਹੋਰ ਵੱਡੇ ਪੈਕੇਜ ਦੇ ਵਿੱਚ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾਵੇ। ਯਾਨੀ ਕਿ ਜੇ ਇੱਕ ਵੀਡੀਓ ਅਪਲੋਡ ਕਰਦਾ ਹਾਂ, ਇੱਕ ਨੂੰ ਅਸੀਂ 3 ਜਾਂ 4 ਚ ਕਵਰ ਕਰਨਾ ਸ਼ੁਰੂ ਕਰ ਦਿੱਤਾ, ਤਾਂ ਕਿ ਲੋਕਾਂ ਦੇ ਵਿੱਚ ਵੱਧ ਤੋਂ ਵੱਧ ਪਹੁੰਚਿਆ ਜਾਵੇ, ਤੇ ਲੋਕ ਥੋੜ੍ਹਾ ਜਿਹਾ ਯਾਨੀ ਕਿ ਖੁਸ਼ਨੁਮਾ ਮਾਹੌਲ ਐਂਟਰਟੇਨ ਹੋਵੇ ਹੋ ਉਹਨਾਂ ਘਰੇ ਦਾ। ਬਹਿ ਕੇ। ਹਾਂਜੀ ਜੀ, ਮੈਨੂੰ ਲੱਗਦਾ ਕਿ ਤੁਸੀਂ ਬਹੁਤ ਜ਼ਿਆਦਾ ਵਧੀਆ ਗੱਲ ਕੀਤੀ ਹੈ ਕਿ ਟਿਕਟੋਕ ਆ ਜਿਹੜੀ ਆਪਣੀ ਦੁੱਗਣੀ ਕਰਕੇ ਲੋਕ ਜਿਹੜੇ ਕਿ ਡਿਪਰੈਸ਼ਨ ਚ ਗਏ ਹੋਏ ਸੀਗੇ, ਮੈਨੂੰ ਲੱਗਦਾ ਵੀਡੀਓ ਦੇਖ ਕੇ ਦੋ ਕੜੀ ਹੱਸ ਲੈਂਦੇ ਨੇ ਤੁਹਾਡੀ ਵੀਡੀਓ ਵੇਖ ਕੇ। ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਬਹੁਤ ਜ਼ਿਆਦਾ ਢੇਰਾਂ ਦੇ ਹਿਸਾਬ ਨਾਲ ਕਮੈਂਟ ਜਾਂ ਕੰਪਲੀਮੈਂਟਸ ਮਿਲਦੇ ਆ ਜਾਂ ਕਾਲਸ ਆਉਂਦੀਆਂ ਨੇ ਕਿ ਵੀਰੇ ਬਹੁਤ ਵਧੀਆ ਟਾਈਮ ਲੰਘਦਾ ਆ ਜਦੋਂ ਤੁਹਾਡੀ ਵੀਡੀਓਜ਼ ਦੇਖ ਲਈਦੀਆਂ, ਨਹੀਂ ਤੇ ਸਾਰਾ ਦਿਨ ਚੁੱਪ ਕਰਕੇ ਲੰਘ ਜਾਂਦਾ ਸੀ ਕੀ ਕਰੀਏ। ਜੀ ਤੇ ਭਾਜੀ, ਟਿਕਟੋਕ ਨੇ ਜ਼ਿੰਦਗੀ ਦੇ ਵਿੱਚ ਕੀ ਬਦਲਾਅ ਲੈ ਕੇ ਆਇਆ ਟਿਕਟੋਕ, ਉਹਦੇ ਬਾਰੇ ਥੋੜਾ ਦੱਸੋ। ਬਦਲਾਅ ਬਹੁਤ ਜ਼ਿਆਦਾ ਜੀ, ਜ਼ਿੰਦਗੀ ਇੱਕਦਮ ਜਿਵੇਂ ਉਹ ਤੁਸੀਂ ਕ੍ਰਿਕਟ ਮੈਚ ਵੇਖਿਆ ਹੋਗਾ ਇੰਡੀਅਨ ਪਾਕਿਸਤਾਨ ਦਾ, ਇੰਡੀਆ ਪਾਕਿਸਤਾਨ ਦਾ, ਉਹਦੇ ਵਿੱਚ ਪਾਕਿਸਤਾਨੀ ਜੋ ਫੈਨਸ ਸੀ ਉਹਨਾਂ ਦੀ ਇੰਟਰਵਿਊ ਕੀਤੀ ਜਾਂਦੀ ਆ, ਤੇ ਉਹਨਾਂ ਦੀ ਬੜੀ ਜ਼ਿਆਦਾ ਅੱਜ ਤੱਕ ਵੀਡੀਓ ਵਾਇਰਲ ਹੋਈ ਆ, ਪਈ ਇੱਕ ਮਾਰੋ ਦਮ ਮਾਰੋ ਵਾਲੀ। ਬਦਲਦੀ ਆ, ਜਜ਼ਬਾਤ ਬਦਲਦੀ ਆ, ਜ਼ਿੰਦਗੀ ਬਦਲਦੀ, ਜੀ ਉਹ ਜੀ ਹਿਸਾਬ ਸਾਡੇ ਨਾਲ ਹੋਇਆ ਜੀ ਓ ਟਿਕਟੋਕ ਤੇ ਹਾਂ, ਆਉਣ ਜਜ਼ਬਾਤ ਬਦਲ ਗਏ। ਇੱਕਦਮ ਜ਼ਿੰਦਗੀ ਬਦਲ ਗਈ, ਜੀ ਵਕਤ ਜੀ ਬਦਲ ਗਿਆ, ਜਜ਼ਬਾਤ ਬਦਲ ਗਏ। ਜੀ ਤੇ ਭਾਜੀ ਭਾਜੀ, ਉਹ ਨੋਰਮਲ ਬੰਦਾ ਜਿਹੜਾ ਸਿਰਫ ਆਪਣੇ ਫਰੈਂਡ ਸਰਕਲ ਦੇ ਵਿੱਚ ਹਸਾਉਂਦਾ ਸੀ ਲੋਕਾਂ ਨੂੰ, ਜਾਂ ਆਪਣੀ ਫੈਮਿਲੀ ਜਾਂ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਹਸਾਉਂਦਾ ਸੀ ਲੋਕਾਂ ਨੂੰ, ਉਹਨੂੰ ਅੱਜ ਕੱਲ੍ਹ ਤਕਰੀਬਨ ਹੀ ਉਹ ਪੰਜਾਬੀ ਜਾਣਦੇ ਨੇ ਜਿਹੜੇ ਪੰਜਾਬੀ ਨਾ ਬੋਲਣ ਦੇ ਬਾਵਜੂਦ ਵੀ ਪੰਜਾਬੀ ਸਮਝਦੇ ਨੇ। ਜੀ ਮੈਨੂੰ ਜੀ ਬੜੇ ਲੋਕਾਂ ਦਾ ਇਹੋ ਜਿਹਾ ਦਾ ਫੋਨ ਆਉਂਦਾ ਛੱਤੀਸਗੜ੍ਹ ਤੋਂ ਜਾਂ ਹੋਰ ਵਾਹ ਦੂਜੀਆਂ ਆਊਟ ਆਫ ਸਟੇਟ ਤੋਂ ਕਿ ਜੀ ਜਿਹੜੇ ਪੰਜਾਬੀ ਸਮਝਦੇ ਨੇ, ਬੋਲ ਤਾਂ ਨਹੀਂ ਸਕਦੇ, ਜੀ ਬਹੁਤ ਜ਼ਿਆਦਾ ਪਿਆਰ ਕਰਦੇ ਹੋ, ਕਹਿੰਦੇ ਵੀਰੇ ਬੜਾ ਆਨੰਦ ਆਉਂਦਾ ਤੁਹਾਡੀ ਵੀਡੀਓ ਦੇਖ ਕੇ, ਜੀ ਯਾਨੀ ਕਿ ਜ਼ਿੰਦਗੀ ਭਾਈ ਬਦਲ ਗਈ। ਜੀ, ਟਿਕਟੋਕ ਦੀ ਅਸੀਂ ਗੱਲ ਕਰ ਰਹੇ ਹਾਂ ਤੇ ਟਿਕਟੋਕ ਤੇ ਅੱਜ ਕੱਲ ਨਾ ਇੱਕ ਛੋਟੀ ਜੀ ਬੱਚੀ ਨੂਰ ਜਿਸ ਦਾ ਨਾਮ ਹੈ, ਉਹ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜੀ, ਜੀ ਤੇ ਉਹਨਾਂ ਦੀ ਤੁਸੀਂ ਵੀਡੀਓਜ਼ ਵੇਖਦੇ ਹੋ ਤੇ ਕਿਵੇਂ ਹਾਂਜੀ ਦੇਖਦੇ ਹੋ ਉਹਨਾਂ ਨੂੰ, ਹਾਂਜੀ ਉਹਨਾਂ ਦੇ ਨਾਲ ਹੋਰ ਮੁੰਡੇ ਵੀ ਹੁੰਦੇ ਨੇ, ਉਹਨਾਂ 'ਚ ਆਪਣਾ ਆਪ ਵੇਖਿਆ ਹੋਵੇ ਉਹਨਾਂ 'ਚ ਕਿ ਯਾਰ ਮੈਂ ਵੀ ਸਟਾਰਟ ਕੀਤਾ ਸੀ ਟਿਕਟੋਕ ਚਲਾਉਣਾ, ਮੈਂ ਅੱਜ ਫੇਮਸ ਹਾਂ ਤੇ ਉਹ ਹੁਣ ਹੋ ਰਹੇ ਨੇ ਫੇਮਸ। ਜੀ 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 ਮੈਂ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰਦਾ ਆ, ਉਹਨਾਂ ਦੀ ਬਹੁਤ ਵਧੀਆ ਕੀਤਾ ਉਹਨਾਂ ਨੇ, ਜੋ ਵੀਰ ਹੈ ਸੰਦੀਪ ਸਿੰਘ ਤੂਰ ਜੀ ਤੇ ਉਹਨਾਂ ਦੇ ਨਾਲ ਇੱਕ ਹੋਰ ਵੀਰ ਹੈ, ਇਹਨਾਂ ਜੀ ਦੀਆਂ ਵੀਡੀਓਜ਼ ਮੈਂ ਪਹਿਲਾਂ ਦੇਖਦਾ, ਤੇ ਇਹ ਮੇਰੇ ਨਾਲ ਨਾ ਅੱਜ ਤੋਂ ਕੋਈ ਇੰਨੇ ਜ਼ਿਆਦਾ ਪਪੂਲਰ ਹੋਣ ਤੋਂ ਪਹਿਲਾਂ ਹੀ ਇਹ ਮੇਰੇ ਟੱਚ ਵਿੱਚ ਸੀ। ਸੰਦੀਪ ਨੇ ਮੈਨੂੰ ਪਹਿਲਾਂ ਕਾਲਸ ਵਗੈਰਾ ਵੀ ਕੀਤੀਆਂ ਸੀ ਜੀ ਜੀ ਤੇ ਅਸੀਂ ਇੱਕ ਦੂਜੇ ਨੂੰ ਫੋਲੋ ਕਰਨਾ ਸਟਾਰਟ ਕੀਤਾ, ਕਿਉਂਕਿ ਵਧੀਆ ਕ੍ਰਿਏਟਰ ਆ ਉਹ ਸੰਦੀਪ ਜੀ ਜੋ ਜੀ ਮੁੰਡਾ ਹੈ, ਦੀ ਆਈਡੀ ਤੋਂ ਨੂਰ ਬੇਟੀ ਫੇਮਸ ਹੋਈ ਹੈ। ਜੀ ਤੇ ਉਸ ਤੋਂ ਬਾਅਦ ਵਿੱਚ ਮੈਂ ਤੇ ਬਹੁਤ ਹੀ ਜ਼ਿਆਦਾ ਥੈਂਕਸ ਕਰਦਾ ਹਾਂ ਸੰਦੀਪ ਦਾ ਕਿ ਜੀ ਉਹਨੇ ਛੋਟੀ ਉਸ ਬੱਚੀ ਹੋ ਗਈ ਬੱਚੀ ਦਾ ਤੇ ਟੈਲੈਂਟ ਸਾਹਮਣੇ ਲੈ ਕੇ ਆਂਦਾ ਕਿ ਜਿਹੜੀ ਜੇ ਸੰਦੀਪ ਦੇ ਸੰਪਰਕ ਵਿੱਚ ਨਾ ਆਉਂਦੀਆਂ ਉਹ ਬੱਚੀਆਂ, ਦੋਵੇਂ ਬੱਚੀਆਂ, ਇੱਕ ਦਾ ਜੀ ਨਾਮ ਸ਼ਾਇਦ ਜਸ਼ਨ ਹੈ ਇੱਕ ਨੂਰ ਹੈ, ਜੀ ਤੇ ਨਾ ਆਉਂਦੀਆਂ ਤੇ ਸ਼ਾਇਦ ਕੋਈ ਉਹਨਾਂ ਨੂੰ ਪਛਾਣ ਨਹੀਂ ਸੀ ਸਕਦਾ, ਤੇ ਹੁਣ ਤੁਸੀਂ ਦੇਖੋ ਕਿ ਰੌਣਕਾਂ ਲੱਗੀਆਂ ਹੋਈਆਂ ਨੂਰ ਦੇ ਘਰੇ, ਸਹੀ ਗੱਲ ਹੈ ਜੀ। ਤੇ ਬੜਾ ਜ਼ਿਆਦਾ ਮੈਂ ਫੋਨ ਕੀਤਾ ਸੀ ਸੰਦੀਪ ਨੂੰ, ਵਧਾਈਆਂ ਦਿੱਤੀਆਂ ਸੀ, ਤੇ ਇਹ ਵੀ ਗੱਲ ਕਹੀ ਸੀ ਕਿ ਬਹੁਤ ਵਧੀਆ ਕੰਮ ਕੀਤਾ ਹੈ ਤੁਸੀਂ ਕਿ ਨੂਰ ਦਾ ਟੈਲੈਂਟ ਤੁਸੀਂ ਸਾਹਮਣੇ ਲੈ ਕੇ ਆਏ ਹੋ। ਜੀ ਹਾਂਜੀ, ਭਾਜੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਵਧੀਆ ਵੀਡੀਓ ਸਾਹਮਣੇ ਆਉਂਦੀ ਨਾ, ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ।
ਭਾਜੀ ਕੋਈ ਏਦਾਂ ਦਾ ਕ੍ਰੇਜ਼ੀ ਫੈਨ ਮਿਲਿਆ ਹੋਵੇ, ਤੁਸੀਂ ਦੋਨੋਂ ਵੀਰਾ ਤੇ ਭਾਬੀ, ਮਤਲਬ ਤੁਸੀਂ ਤੇ ਤੁਹਾਡੀ ਵਾਈਫ ਇਕੱਠੇ ਗਏ ਹੋਵੋ, ਏਦਾਂ ਦਾ ਕ੍ਰੇਜ਼ੀ ਫੈਨ ਮਿਲਿਆ ਹੋਵੇ, ਉਹਨੂੰ ਵੇਖ ਕੇ ਹੈਰਾਨੀ ਹੋਈ ਹੋਵੇ, ਅੱਖਾਂ 'ਚ ਪਾਣੀ ਆ ਗਿਆ ਹੋਵੇ, ਏਦਾਂ ਦੀ ਕੋਈ ਮੂਮੈਂਟ ਹੋਵੇ ਤਾਂ ਸਾਡੇ ਨਾਲ ਸ਼ੇਅਰ ਕਰੋ। ਨਹੀਂ ਅਸੀਂ ਦੋਵੇਂ ਤੇ ਨਹੀਂ ਆ, ਮੈਂ ਇਕੱਲਾ ਸੀ, ਮੈਂ ਆਪਣੀ ਡਿਊਟੀ ਲੋਕੇਸ਼ਨ ਤੇ ਆ ਤੇ ਮੇਰੇ ਫਰੈਂਡਸ ਨੇ ਫੋਨ ਕੀਤਾ। ਮੇਰੀ ਡਿਊਟੀ ਹੈ ਇਧਰ ਦਸੂਆ ਸਾਈਡ ਆ ਜੀ, ਦਸੂਏ ਦੇ ਲਾਗੇ ਉੱਚੀ ਬਸੀ ਪੈਂਦਾ, ਉੱਥੇ ਸਾਡਾ ਕੈਂਟ ਆ। ਤੇ ਉੱਥੇ ਨਾ ਪਠਾਨਕੋਟ ਦੇ ਲਾਗੇ ਕਾਠਗੜ੍ਹ ਪੈਂਦਾ, ਤੇ ਉੱਥੇ ਸ਼ਿਵਰਾਤਰੀ ਬਹੁਤ ਵੱਡੀ ਲੱਗਦੀ ਆ ਕਾਠਗੜ੍ਹ ਦੇ ਵਿੱਚ। ਸ਼ਿਵਜੀ ਮਹਾਰਾਜ ਦੀ ਉਹ ਮਤਲਬ ਮੰਦਿਰ ਆ ਉਹਨਾਂ ਦਾ। ਮੇਰੇ ਫਰੈਂਡਸ ਨੇ ਫੋਨ ਕੀਤਾ, ਕਹਿੰਦੇ ਕਿ ਸ਼ਿਵਰਾਤਰੀ ਨੂੰ ਬੀਤੇ ਹੋਏ 3-4 ਦਿਨ ਹੋ ਗਏ ਆ ਤੇ ਆਪਾਂ ਜੀ ਘੁੰਮ ਕੇ ਆਉਂਦੇ ਆ। ਮੈਂ ਬੋਲਿਆ ਕਿ ਨਹੀਂ, ਉੱਥੇ ਨਾ ਪਬਲਿਕ ਬਹੁਤ ਜ਼ਿਆਦਾ ਹੋਣੀ ਆ ਤੇ ਫਿਰ ਇਦਾਂ ਘੁੰਮਣ ਦਾ ਮਜ਼ਾ ਨਹੀਂ ਆਉਣਾ ਸਾਰਿਆਂ ਨੇ, ਕਿਉਂਕਿ ਘੇਰਾ ਪਾ ਲੈਣਾ ਉੱਥੇ। ਤੇ ਜੀ ਕਹਿੰਦੇ ਨਹੀਂ, ਕਹਿੰਦੇ ਰਸ਼ ਬਹੁਤ ਜ਼ਿਆਦਾ ਘੱਟ ਹੋ ਗਿਆ ਨਾ, ਚਲੋ ਚੱਲਦੇ ਆ। ਆਪਾਂ ਜੀ ਚਲੇ ਗਏ, ਉਹੀ ਗੱਲ ਉਲਟੀ ਹੋਈ, ਇੰਨਾ ਜ਼ਿਆਦਾ ਉੱਥੇ ਰਸ਼ ਤੇ ਉਹ ਹੀ ਮਤਲਬ ਕਿ ਤਕਰੀਬਨ ਹੀ ਉੱਥੇ ਸਾਰੇ ਜਾਣਦੇ ਸੀ, ਜਿੰਨੀ ਆਡੀਅੰਸ ਉੱਥੇ, ਜੀ ਜਿੰਨੀ ਜੀ ਸੰਗਤ ਉੱਥੇ ਆਈ ਹੋਈ, ਸਾਰੀ ਜੀ ਆਡੀਅੰਸ ਕਹਿੰਦੇ ਜਿੰਨੀ ਸੰਗਤ ਉੱਥੇ ਆਈ ਹੋਈ ਸੀ। ਜੀ ਉਹਨਾਂ ਦੇ ਵਿੱਚੋਂ ਕੀ ਹੋਇਆ ਕਿ ਆਪਾਂ ਇਦਾਂ ਹੀ ਫਰੈਂਡਸ ਖੜੇ ਹਾਂ, ਗੱਲਬਾਤ ਕਰ ਰਹੇ ਹਾਂ, ਇੱਕ ਨਾ ਬੱਚੀ ਆਈ, ਬੱਚੀ ਕਹਿ ਸਕਦਾ ਮੈਂ, ਮੇਰੇ ਖਿਆਲ 'ਚ ਜੀ ਉਹਨਾਂ ਦੀ 13-14 ਸਾਲ ਉਮਰ ਹੋਏਗੀ। ਜੀ ਤੇ ਉਹ ਨਾ ਆ ਕੇ ਜਿੱਦਾਂ ਮਤਲਬ ਬੈਕ ਸਾਈਡ ਤੋਂ ਮੈਨੂੰ ਨਾ ਇਦਾਂ ਜਕੜ ਲਿਆ, ਤੇ ਮੈਂ ਜਦੋਂ ਪਿੱਛੇ ਨੂੰ ਮੁੜ ਕੇ ਵੇਖਿਆ ਤੇ ਉਹ ਜਿੱਦਾਂ ਮਤਲਬ ਹੋਸ਼ੋ ਹਵਾਈ ਨਹੀਂ ਭੁੱਲ ਜਾਂਦੇ, ਉਹ ਮਾਈ ਜੀ ਗੋਡ ਆਈ ਐਮ ਬਿਗ ਫੈਨ, ਬਿਗ ਫੈਨ। ਹਾਂ ਜੀ ਤੇ ਮੈਂ ਇਹਨਾਂ ਨੂੰ ਕਿਹਾ, ਮੈਂ ਕੋਈ ਨੀ ਹੌਸਲਾ ਰੱਖੋ, ਮੈਂ ਇੱਥੇ ਹੀ ਆ, ਕੋਈ ਗੱਲ ਨੀ, ਨਾਲੇ ਮੈਂ ਹੀ ਆ, ਕੋਈ ਗੱਲ ਨੀ। ਜੀ ਹਾਂਜੀ ਹਾਂਜੀ ਕਹਿੰਦੇ ਤੇ ਸਰ ਆਪਾਂ ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਮੈਂ ਤੁਹਾਡੇ ਸਾਹਮਣੇ ਖੜੀ ਆ ਜਾਂ ਕੁਛ ਵੀ ਆ। ਜੀ ਮੈਨੂੰ ਉਸ ਟਾਈਮ ਤੇ ਬੜੀ ਆਪਣੇ ਆਪ ਤੇ ਹੈਰਾਨੀ ਹੋਈ ਕਿ ਅਸੀਂ ਇਹ ਗੱਲ ਸੋਚਦੇ ਨਹੀਂ ਕਿ ਪਬਲਿਕ ਸਾਨੂੰ ਕਿੰਨਾ ਪਿਆਰ ਬਖਸ਼ਦੀ ਆ। ਅਸੀਂ ਇਹ ਸੋਚਦੇ ਹਾਂ ਠੀਕ ਆ, ਵੀਡੀਓ ਦੇਖੀ ਆ, ਲਾਈਕ ਕਰ ਦਿੱਤਾ ਜਾਂ ਵੱਧ ਤੋਂ ਵੱਧ ਕਮੈਂਟ ਕਰ ਦਿੱਤਾ ਜਾਂ ਵੱਧ ਤੋਂ ਵੱਧ ਸ਼ੇਅਰ ਕਰ ਦਿੱਤੀ ਵੀਡੀਓ, ਬਸ ਖਤਮ। ਬਟ ਨਹੀਂ, ਲੋਕ ਆਪਣੇ ਮਾਈਂਡ ਦੇ ਵਿੱਚ ਪਿੱਕ ਬਣਾ ਲੈਂਦੀ ਹੈ ਕਿ ਇਸ ਬੰਦੇ ਨੂੰ ਅਸੀਂ ਦੇਖ ਦੇਖ ਖੁਸ਼ ਹੁੰਦੇ ਆ, ਤੇ ਜਦੋਂ ਸਾਡੇ ਸਾਹਮਣੇ ਆਇਆ ਜਾਂ ਇਹਦੇ ਨਾਲ ਸੈਲਫੀ ਕਰਵਾਈ ਜਾਏਗੀ ਜਾਂ ਇਹਨੂੰ ਘੁੱਟ ਕੇ ਜੱਫੀ ਪਾਈ ਜਾਏਗੀ, ਜੀ ਬਹੁਤ ਜ਼ਿਆਦਾ ਪਿਆਰ ਬਖਸ਼ਦੀ ਹੈ ਪਬਲਿਕ। ਜੀ ਤੇ ਭਾਜੀ ਹੁਣ ਸਮਾਂ ਜਿਹੜਾ ਕਿ ਉਹ ਸਮਾਪਤੀ ਦਾ ਹੋ ਚੁੱਕਿਆ ਹੈ, ਕਿਉਂਕਿ ਇਹ ਸਮਾਂ ਕਿਸੇ ਦਾ ਮਿੱਤ ਨਹੀਂ ਹੁੰਦਾ, ਕਿਉਂਕਿ ਜੀ ਹੁਣ ਜੀ ਸਮਾਂ ਜੀ ਇਹ ਵੀ ਲੰਘ ਗਿਆ ਤੇ ਜਿਹੜਾ ਅਸੀਂ ਲੋਕਡਾਊਨ ਚ ਬਿਤਾ ਰਹੇ ਹਾਂ ਆਪਣਾ ਘਰ, ਉਹ ਵੀ ਨਿਕਲ ਜੂਗਾ ਇੱਕ ਦਿਨ ਹਨਾ ਜੀ। ਤੇ ਜੀ ਜਾਂਦੇ ਜੀ ਜਾਂਦੇ ਦਿਲ ਦੇ ਵਿੱਚ ਕੋਈ ਗੱਲ ਹੋਵੇ ਉਹ ਹਾਂਜੀ ਦੱਸੋ, ਤੇ ਸ਼ਹਿਰੀ ਬਾਈ ਨਾਲ ਜਿਹੜੀ ਮੁਲਾਕਾਤ ਹੋਈ ਸੀਗੀ ਉਹਦੇ ਸੰਖੇਪ ਦੇ ਵਿੱਚ ਦੱਸੋ ਜੀ। ਜੀ ਪਹਿਲਾਂ ਨਾ ਮੈਂ ਜੋ ਮੇਰੇ ਦਿਲ ਦੇ ਵਿੱਚ ਗੱਲ ਆ ਮੈਂ ਉਹ ਕਰਨੀ ਚਾਹੁੰਦਾ ਤੁਹਾਡੇ ਨਾਲ। ਜੀ ਤੁਸੀਂ ਵੀ ਸੋਸ਼ਲ ਐਪ ਯੂਜ਼ ਕਰਦੇ ਹੋ, ਟਿਕਟੋਕ ਯੂਜ਼ ਕਰਦੇ ਹੋ, ਟਿਕਟੋਕ ਦੇ ਉੱਤੇ ਵੀਰੇ ਏਡੇ ਏਡੇ ਵਧੀਆ ਕ੍ਰੀਏਟਰ ਹੈ ਨਾ, ਜਿਨ੍ਹਾਂ ਦੇ ਮੈਂ ਜੇ 3-4 ਦੇ ਨਾਮ ਲਵਾਂ, ਜਿਨ੍ਹਾਂ ਦੇ ਵਿੱਚੋਂ ਮਿਜਾਜ ਫਤਿਹ ਸਿਆਂ, ਭਾਵਨ ਮਾਨ, ਅਰਮਾਨ, ਮਲਕੀਤ ਸ਼ੇਰਗਿੱਲ, ਬਾਜ ਸਿੰਘ, ਸਟੈਲੋ ਸਿੰਘ, ਇਹ ਉਹ ਕ੍ਰੀਏਟਰ ਨੇ ਜਿਹੜੇ ਬਹੁਤ ਵਧੀਆ ਕਨਸੈਪਟ ਪੇਸ਼ ਕਰਦੇ ਆ ਪਬਲਿਕ ਦੇ ਉੱਤੇ, ਤੇ ਕਦੀ ਵੀ ਇਹਨਾਂ ਨੇ ਗਲਤ ਵੀਡੀਓ ਜਾਂ ਗੰਦੀ ਵੀਡੀਓ ਪੋਸਟ ਨਹੀਂ ਕੀਤੀ ਹੋਣੀ। ਬਟ ਜੇ ਜੇ ਇਹਨਾਂ ਦਾ ਕੰਪੈਰੀਜ਼ਨ ਕਿਸੇ ਗੰਦ ਦੇ ਨਾਲ ਕੀਤਾ ਜਾਵੇ ਨਾ, ਤੇ ਗੰਦ ਨੂੰ ਚਾਹਣ ਵਾਲੇ, ਉਹਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ ਡਬਲ ਸਪੀਡ ਦੇ ਵਿੱਚ ਵੱਧਦੀ ਜਾ ਰਹੀ ਹੈ। ਜੀ ਯਾਨੀ ਕਿ ਸਹੀ ਕਹਿ ਮੈਨੂੰ ਇਹ ਨਹੀਂ ਸਮਝਾ ਰਹੀ ਕਿ ਪਬਲਿਕ ਚਾਹੁੰਦੀ ਕੀ ਆ। ਇਹ ਬੰਦੇ, ਇਹ ਸਾਰੇ ਦੇ ਸਾਰੇ ਲੋਕ ਜਿਨ੍ਹਾਂ ਦਾ ਮੈਂ ਨਾਂ ਲਿਆ ਪੋਪੂਲਰ ਕ੍ਰੀਏਟਰ ਦੇ ਹੱਕਦਾਰ ਨੇ, ਇਹ ਸਾਰੇ ਦੇ ਸਾਰੇ, ਬਟ ਇਹਨਾਂ ਦੀ ਪੋਪੂਲੈਰਿਟੀ ਗੰਦੀਆਂ ਵੀਡੀਓਜ਼ ਦੇ ਨਾਲੋਂ, ਜੋ ਗੰਦੇ ਕਨਸੈਪਟ ਪੇਸ਼ ਕਰਦੇ ਆ, ਗੰਦ ਬੋਲਦੇ ਆ, ਲੋਕਾਂ ਨੂੰ ਗਾਲਾਂ ਕੱਢਦੇ ਆ ਬਿਨਾਂ ਵਜ੍ਹਾ ਤੋਂ, ਉਹਨਾਂ ਦੇ ਨਾਲੋਂ ਕਾਫੀ ਜ਼ਿਆਦਾ ਇਹਨਾਂ ਦੀ ਪੋਪੂਲੈਰਿਟੀ ਪਿੱਛੇ ਆ। ਸਾਡੀ ਪਬਲਿਕ ਨੂੰ ਇਹ ਸੋਚਣਾ ਚਾਹੀਦਾ ਆ ਕਿ ਸਾਡੇ ਵਾਸਤੇ ਲੋਕ ਮਿਹਨਤ ਕਰ ਰਹੇ, ਆਪਣਾ ਟੈਲੈਂਟ ਦਿਖਾ ਰਹੇ ਆ। ਟਿਕਟੋਕ ਟੈਲੈਂਟ ਵਾਸਤੇ ਬਣਿਆ ਹੋਇਆ, ਟੈਲੈਂਟ ਦਿਖਾਉਣ ਵਾਲਾ, ਨਾ ਕਿ ਗਾਲਾਂ ਕੱਢਣ ਵਾਸਤੇ, ਬਦਮਾਸ਼ੀਆਂ ਕਰਨ ਵਾਸਤੇ, ਠੀਕ ਹੈ ਜੀ। ਬਟ ਲੋਕ ਇਹ ਗੱਲ ਸਮਝਦੇ ਨਹੀਂ ਹੈਗੇ, ਲੋਕ ਜ਼ਿਆਦਾਤਰ ਉਸੇ ਚੀਜ਼ ਨੂੰ ਜ਼ਿਆਦਾ ਪਸੰਦ ਕਰਨਗੇ ਕਿ ਜਿਹੜਾ ਬੰਦਾ ਗਲਤ ਪੋਸਟ ਪਾਉਂਦਾ ਹੈ। ਸੋ ਮੇਰੀ ਪਬਲਿਕ ਦੇ ਅੱਗੇ ਰਿਕੁਐਸਟ ਆ ਕਿ ਜਿਨ੍ਹਾਂ ਦੇ ਮੈਂ ਨਾਮ ਲਏ ਆ, ਇਹਨਾਂ ਦੀ ਆਈਡੀਜ਼ ਖੋਲ ਕੇ ਦੇਖਿਓ, ਇੱਕ ਵੀ ਵੀਡੀਓ ਮਾੜੀ ਨਹੀਂ ਲੱਗੂ। ਟੌਪ ਦੇ ਕ੍ਰੀਏਟਰ ਨੇ ਸਾਰੇ, ਚੰਗੀਆਂ ਵੀਡੀਓ ਲੈ ਕੇ ਆਉਂਦੇ ਨੇ, ਮਿਹਨਤ ਕਰਦੇ ਆ, ਇੱਕ ਵੀਡੀਓ ਨੂੰ ਦੋ ਦੋ ਚਾਰ ਚਾਰ ਘੰਟੇ ਲਾ ਕੇ ਪੇਸ਼ ਕਰਦੇ ਆ ਪਬਲਿਕ ਦੇ ਸਾਹਮਣੇ, ਕਿ ਅਸੀਂ ਉਹ ਕਨਸੈਪਟ ਪੇਸ਼ ਕਰੀਏ ਕਿ ਜਿਨ੍ਹਾਂ ਦੇ ਨਾਲ ਪਬਲਿਕ ਚਿਹਰੇ ਤੇ ਸਮਾਈਲ ਆਵੇ, ਜੀ ਜਾਂ ਮੋਟੀਵੇਸ਼ਨ ਵੀਡੀਓ ਪਾਉਣਗੇ, ਠੀਕ ਹੈ ਜੀ, ਜੀ ਕਿਸੇ ਨੂੰ ਮੈਸੇਜ ਦੇਣਗੇ ਕੋਈ, ਬਹੁਤ ਵਧੀਆ ਵੀਡੀਓਜ਼ ਪਾਉਂਦੇ ਆ, ਬਟ ਨਹੀਂ। ਅੱਛਾ ਮੈਂ ਇਹ ਵੀ ਗੱਲ ਕਹਿਣਾ ਚਾਹੁੰਦਾ ਹਾਂ ਕਿ ਦੇਖੋ, ਚਾਹੁੰਦੀ ਹਾਂ, ਮੇਰੇ ਮੂੰਹੋਂ ਨਿਕਲ ਗਿਆ, ਮੈਂ ਇਹ ਵੀ ਗੱਲ ਕਹਿਣਾ ਚਾਹੁੰਦੀ। ਦੇਖੋ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜੋ ਲੋਕ
ਜੋ ਗਲਤ ਵੀਡੀਓਜ਼ ਪਾਉਂਦੇ ਆ ਉਹਨਾਂ ਨੂੰ ਸਪੋਰਟ ਕਰਦੇ ਆ, ਉਹ ਇੰਨੀ ਗੱਲ ਨਹੀਂ ਦੇਖਦੇ ਕਿ ਜੋ ਬੰਦਾ ਗਾਲਾਂ ਕੱਢ ਰਿਹਾ ਆ, ਜੋ ਬੰਦਾ ਬਕਵਾਸ ਕਰ ਰਿਹਾ, ਗੰਦ ਪਾ ਰਿਹਾ, ਕੱਲ ਨੂੰ ਜੇ ਸਾਡੇ ਬਾਰੇ ਇਹਨੇ ਕੁਝ ਬੋਲਤਾ, ਠੀਕ ਹੈ ਜੀ, ਜਿਹੜੇ ਲੋਕ ਉਹਨਾਂ ਨੂੰ ਸਪੋਰਟ ਕਰਦੇ ਆ, ਫਿਰ ਅਸੀਂ ਕਿੱਧਰ ਨੂੰ ਜਾਵਾਂਗੇ? ਸੋ ਇਹੋ ਸਹੀ ਜਿਹੇ ਗੱਲ ਲੋਕਾਂ ਨੂੰ ਨਹੀਂ ਕਰਨੀ ਚਾਹੀਦੀ, ਜੀ, ਇਹਨਾਂ ਲੋਕਾਂ ਨੂੰ ਸਪੋਰਟ ਕਰਨੀ ਚਾਹੀਦੀ ਜਿਹੜੇ ਚੰਗੀਆਂ ਵੀਡੀਓ, ਚੰਗੇ ਮੈਸੇਜ ਲੈ ਕੇ ਆਉਂਦੇ ਆ ਸਮਾਜ ਦੇ ਸਾਹਮਣੇ। ਜੀ ਤੇ ਸ਼ਹਿਰੀ ਬਾਈ ਵਾਲੀ ਮੁਲਾਕਾਤ ਦੀ ਸੰਖੇਪ ਤੇ ਵਰਣਨ ਕਰਕੇ ਅਸੀਂ ਫਿਰ ਸਮਾਪਤੀ ਵੱਲ ਵਧਦੇ ਹਾਂ। ਗੱਲ ਕਰੀਏ ਤਾਂ ਉਹਨਾਂ ਦੇ ਨਾ ਜਦੋਂ ਉਹਨਾਂ ਦਾ ਸੌਂਗ ਰਿਲੀਜ਼ ਹੋਣਾ ਸੀ, ਵੀਡੀਓ ਹੋਣਾ ਸੀ ਸੌਂਗ ਦਾ, ਉਹਨਾਂ ਦੇ ਮੈਨੇਜਰ ਦੀ ਮੈਨੂੰ ਕਾਲ ਆਈ, ਕਹਿੰਦੇ ਵੀਰੇ ਕਿ ਅਸੀਂ ਸੌਂਗ ਕਰਨਾ ਆ ਤੇ ਭਾਜੀ ਹੁਣੀ ਤੁਹਾਨੂੰ ਯਾਦ ਕਰਦੇ ਆ ਤੇ ਤੁਸੀਂ ਇੰਟਰਸਟਡ ਹੋ। ਮਤਲਬ ਉਹਨਾਂ ਨੇ ਇਹ ਕਨਫਰਮ ਕੀਤਾ, ਕਈ ਵਾਰੀ ਹੁੰਦਾ ਨਾ ਕਿ ਬੰਦਾ ਸਿਰਫ ਵੀਡੀਓ ਤੱਕ ਹੀ ਸੀਮਿਤ ਰਹਿੰਦਾ, ਉਹਨੂੰ ਅੱਗੇ ਐਕਟਿੰਗ ਦਾ ਸ਼ੌਂਕ ਨਹੀਂ ਹੁੰਦਾ ਜਾਂ ਹਨਾ। ਜੀ ਜੀ ਤੇ ਮੈਂ ਜੀ ਵੀਰੇ ਹਾਂਜੀ ਮੈਂ ਬਿਲਕੁਲ ਇੰਟਰਸਟਡ ਹਾਂ। ਤੇ ਫਿਰ ਜੀ ਉਹਨਾਂ ਦੇ ਭਾਜੀ ਦੇ ਡਾਇਰੈਕਟਰ ਦੀ ਕਾਲ ਆਈ, ਭਿੰਡਰ ਬੁਰਜ ਭਾਜੀ ਦੀ, ਉਹ ਰਾਈਟਰ ਵੀ ਨੇ ਡਾਇਰੈਕਟਰ ਵੀ ਨੇ, ਜੀ ਤੇ ਮੈਨੂੰ ਕਹਿੰਦੇ ਵੀਰੇ ਕਿ ਇੰਨੀ ਇੰਨੀ ਤਰੀਕ ਨੂੰ ਆਪਾਂ ਸ਼ੂਟ ਕਰਨਾ ਆ ਤੇ ਤੁਸੀਂ ਜੀ ਆ ਜਾਓ। ਮੈਂ ਕਿਹਾ ਜੀ ਠੀਕ ਆ। ਮੈਂ ਉਹਨਾਂ ਕੋਲ ਗਿਆ, ਸੇਮ ਟੂ ਸੇਮ ਲਾ ਲਓ ਕਿ ਭਾਜੀ ਦਾ ਢਾਡੇ ਵਾਲਾ ਸੁਭਾਅ ਆ, ਮਾਸਾ ਨਹੀਂ ਫੀਲ ਹੋਣ ਦਿੰਦੇ ਕਿ ਇਹਨਾਂ ਦਾ ਮੈਂ ਜੀ ਸਟਾਰ ਆ, ਸੁਪਰ ਸਟਾਰ ਆ, ਜਾਂ ਤੁਸੀਂ ਅਜੇ ਲੋ ਲੈਵਲ ਦੇ ਹੋ ਜਾਂ ਕੁਛ ਵੀ, ਨਾ ਜੀ ਨਾ। ਇੰਨਾ ਜ਼ਿਆਦਾ ਭਾਜੀ ਨੇ ਪਿਆਰ ਬਖਸ਼ਣਾ, 5 ਦਿਨ ਭਾਜੀ ਦੇ ਕੋਲ ਰਹੇ ਆ, ਜੀ ਮਾਸਾ ਜੀ ਨਾ ਫੀਲ ਨਹੀਂ ਹੋਣ ਦਿੱਤਾ ਉਹਨਾਂ ਨੇ ਕੁਛ ਵੀ, ਜੀ ਬਹੁਤ ਜ਼ਿਆਦਾ ਪਿਆਰ ਬਖਸ਼ਿਆ। ਤੇ ਜੀ 5 ਦਿਨ ਦਾ ਸ਼ੂਟ ਕਰਕੇ ਆਪਾਂ ਉਹਨਾਂ ਦਾ ਗਾਣਾ ਵੈਡਿੰਗ ਸੌਂਗ ਮਤਲਬ ਇੰਜੋਏ ਕੀਤਾ, ਸ਼ੂਟ ਕੀਤਾ ਵਿੱਚ, ਤੇ ਬਹੁਤ ਵਧੀਆ ਉਹਨਾਂ ਨੇ ਮਾਣ ਸਤਿਕਾਰ ਕੀਤਾ ਤੇ ਗਾਣਾ ਆਊਟ ਹੋਇਆ, ਪਬਲਿਕ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ। ਜੀ ਤੇ ਭਾਜੀ ਰੱਬ ਨੇ ਚਾਹਿਆ ਅਸੀਂ ਜ਼ਰੂਰ ਇਕੱਠੇ ਮਿਲਾਂਗੇ, ਬਹਿਵਾਂਗੇ, ਨਾਲੇ ਚਾਹ ਪੀਵਾਂਗੇ। ਹਾਂਜੀ ਤੇ ਹਾਂਜੀ ਹਾਂਜੀ, ਠੀਕ ਹੈ ਜੀ, ਬਸ ਮੇਰੀ ਤੇ ਇਹੋ ਅਰਦਾਸ ਹੈ ਵਾਹਿਗੁਰੂ ਦੇ ਅੱਗੇ ਕਿ ਜਲਦੀ ਤੋਂ ਜਲਦੀ 0 ਰਿਪੋਰਟ ਆਵੇ ਵਾਇਰਸ ਦੇ ਵਿੱਚੋਂ, ਤਾਂ ਕਿ ਜੀ ਸਾਰੇ ਜਾਣੇ ਬਾਹਰ ਨਿਕਲਣ, ਆਪਣੇ ਕੰਮ ਕਾਰ ਕਰਨ ਤੇ ਸਭ ਕੁਝ ਠੀਕ ਠਾਕ ਹੋਵੇ, ਕਿਉਂਕਿ ਜਿੰਨੀ ਦੇਰ ਤੱਕ 0 ਰਿਪੋਰਟ ਨਹੀਂ ਆਉਂਦੀ ਜਾਂ ਕੰਡੀਸ਼ਨ ਕੰਟਰੋਲ ਨਹੀਂ ਹੁੰਦੀ, ਉਨੀ ਦੇਰ ਤੱਕ ਮਨ ਦੇ ਵਿੱਚ ਇੱਕ ਡਰ ਆ ਕਿ ਬਾਹਰ ਜਾਵਾਂਗੇ, ਕੋਈ ਸ਼ੂਟ ਕਰਾਂਗੇ ਤੇ ਕੋਈ ਇਹੋ ਜਿਹੀ ਅਣਹੋਣੀ ਨਾ ਹੋ ਜਾਵੇ ਕਿ ਜਿਹਦੇ ਤੋਂ ਆਪਣੀ ਜਾਨ ਗਵਾਉਣੀ ਪੈ ਜਾਵੇ। ਜੀ ਥੈਂਕ ਯੂ ਸੋ ਮਚ ਭਾਜੀ, ਤੁਸੀਂ ਆਪਣਾ ਰਹਿ ਕੇ ਮਨੋਰੰਜਨ ਕਰ ਰਹੇ ਹਾਂ ਲੋਕਾਂ ਦਾ, ਇੰਜੋਏ ਕਰਨ, ਟਾਈਮ ਕੱਢਣ ਦੀ ਕੋਸ਼ਿਸ਼ ਕਰਨ, ਬਾਕੀ ਗਵਰਨਮੈਂਟ ਨੂੰ ਵੀ, ਸਟੇਟ ਗਵਰਨਮੈਂਟ ਨੂੰ ਵੀ, ਸੈਂਟਰ ਗਵਰਨਮੈਂਟ ਨੂੰ ਵੀ ਇਹ ਧਿਆਨ ਦੇਣਾ ਚਾਹੀਦਾ ਕਿ ਕੋਈ ਵੀ ਇਹੋ ਜਿਹਾ ਮੂੰਹ ਸਾਨੂੰ ਨਾ ਦਿਖੇ ਕਿ ਜਿਹਦੇ ਮੂੰਹ ਚੋਂ ਇਹ ਗੱਲ ਨਿਕਲੇ ਕਿ ਮੈਨੂੰ ਰਾਸ਼ਨ ਨਹੀਂ ਮਿਲਿਆ, ਮੈਨੂੰ ਆ ਇਕਵਿਪਮੈਂਟ ਨਹੀਂ ਮਿਲਿਆ। ਸਹੀ ਗੱਲ ਜੀ, ਤੇ ਬਾਕੀ ਪਬਲਿਕ ਨੂੰ, ਸਰਕਾਰ ਨੂੰ ਸਪੋਰਟ ਕਰਨਾ ਚਾਹੀਦਾ, ਸਰਕਾਰ ਨੂੰ ਪਬਲਿਕ ਨੂੰ ਕਰਨਾ ਚਾਹੀਦਾ, ਤਾਂ ਕਿ ਇਹ ਜਿਹੜਾ ਬੁਰਾ ਦੌਰ ਆ ਜਲਦੀ ਤੋਂ ਜਲਦੀ ਲੰਘ ਜਾਵੇ। ਜੀ ਭਾਜੀ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਵੀਰੇ, ਮਿਹਰਬਾਨੀ, ਥੈਂਕ ਯੂ ਸੋ ਮਚ।